ਫਤਿਹ ਸਿੰਘ ਦੀ ਹਜ਼ੂਰੀ ਦੇ ਵਿੱਚ ਜਿਹੜਾ ਆ ਸਤਿਗੁਰੂ ਰਾਮ ਸਿੰਘ ਜੀ ਦਾ 205ਵਾਂ ਪ੍ਰਕਾਸ਼ ਪੁਰਬ ਅਤੇ ਪੰਜਾਬੀ ਮਾਂ ਬੋਲੀ ਦਿਵਸ ਦਾ ਸਮਾਗਮ ਮਨਾਇਆ ਜਾ ਰਿਹਾ ਉਸ ਦੇ ਵਿੱਚ ਬੜੇ ਸਾਰੇ ਪਤਵੰਤਿਆਂ ਨੇ ਹਾਜ਼ਰੀ ਭਰੀ ਹੈ ਸ਼੍ਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਮਨਜੀਤ ਸਿੰਘ ਠੀਕੇ ਜੀ ਇਸ ਦੇ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਵਿੱਚ ਰਵਿੰਦਰ ਰਵੀ ਜੀ ਆਏ ਨੇ ਡਾਕਟਰ ਮਨਜੀਤ ਸਿੰਘ ਜੀ ਆਏ ਨੇ ਉਹ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਆਏ ਨੇ ਕਿਉਂਕਿ ਸਤਿਗੁਰੂ ਰਾਮ ਸਿੰਘ ਦੀ ਦੇਣ ਤੋਂ ਭਾਰਤ ਦਾ ਕੋਈ ਵੀ ਵਾਸੀ ਜਿਹੜਾ ਉਹ ਨਾ ਜਾਣੂ ਨਹੀਂ ਹੈ ਉਹ ਸਾਰੇ ਸਤਿਗੁਰੂ ਰਾਮ ਸਿੰਘ ਦੇ ਕਾਰਨ ਨੂੰ ਜਾਣਦੇ ਹੋਏ ਇੱਥੇ ਆਏ ਨੇ ਅਤੇ ਉਹ ਸਤਿਗੁਰੂ ਰਾਮ ਸਿੰਘ ਨੂੰ ਅਕੀਦਤ ਭੇਟ ਕਰ ਰਹੇ ਨੇ ਜਿਹੜੇ ਇੱਕ ਯੁੱਗ ਪਲਟਾਊ ਰਹਿਬਰ ਦੇਸ਼ ਦੀ ਜੰਗ ਆਜ਼ਾਦੀ ਦੇ ਮੋਢੀ ਔਰ ਨਾ ਮਿਲਵਰਤਨ ਲਹਿਰ ਦੇ ਬਾਨੀ ਉਹਨਾਂ ਦਾ ਪ੍ਰਕਾਸ਼ ਪੁਰਬ ਦਿੱਲੀ ਨਿਵਾਸੀ ਸਾਧ ਸਿੰਘ ਕੋਲੋਂ ਮਨਾਇਆ ਜਾ ਰਿਹਾ ਹੈ ਨਾਮਧਾਰੀ ਪੰਥ ਦੇ ਮੌਜੂਦਾ ਗੱਦੀ ਨਿਸ਼ੀਨ ਔਰ ਰਹਿਨਮਾ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਉਹ ਸ਼ਖਸੀਅਤ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸਿੱਖੀ ਸੀ ਉਸ ਸਿੱਖੀ ਨੂੰ ਪ੍ਰਫਟ ਕਰਨ ਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਫਿਰ ਆਪਣੇ ਪਿਛੋਕੜ ਦੇ ਨਾਲ ਜੋੜਨ ਦੇ ਵਾਸਤੇ ਆਪਣਾ ਵਿਰਸਾ ਯਾਦ ਕਰਾਉਂਦਿਆਂ ਹੋਇਆਂ ਉਸ ਪਾਵਨ ਪਵਿੱਤਰ ਗੁਰਬਾਣੀ ਨਾਲ ਜੋੜ ਕੇ ਨਾਮ ਨਾਲ ਜੋੜ ਕੇ ਪੰਜਾਬ ਦੇ ਲੋਕਾਂ ਦੀ ਉਹ ਜਿਹੜੀ ਗਵਾਚੀ ਹੋਈ ਆਨ ਸ਼ਾਨ ਅਤੇ ਮਾਨ ਸੀ ਉਹਨੂੰ ਵਾਪਸ ਲਿਆਉਣ ਦੇ ਵਾਸਤੇ ਸਤਿਗੁਰੂ ਰਾਮ ਸਿੰਘ ਜੀ ਨੇ ਸ਼੍ਰੀ ਭੈਣੀ ਸਾਹਿਬ ਦੀ ਤਪੋ ਭੂਮੀ ਤੋਂ 12 ਅਪ੍ਰੈਲ 1857 ਨੂੰ ਇੱਕ ਐਸਾ ਵਿਗਲ ਵਜਾਇਆ ਐਸਾ ਅੰਦੋਲਨ ਆਰੰਭ ਕੀਤਾ ਦੇਸ਼ ਆਜ਼ਾਦੀ ਦੇ ਵਾਸਤੇ ਔਰ ਜਿਸ ਦਾ ਬੇਸ ਸੀ ਜਿਹਦਾ ਆਧਾਰ ਸੀ ਨਾਮ ਔਰ ਗੁਰਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀ ਸਿੱਖੀ ਸੀ ਉਹਨੂੰ ਮੁੜ ਸੁਰਜੀਤ ਕੀਤਾ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਐਸਾ ਨਾਮ ਦਾ ਨਸ਼ਾ ਐਸੇ ਨਾਮ ਦੀ ਰੰਗਤ ਦਿੱਤੀ ਸਤਿਗੁਰੂ ਰਾਮ ਸਿੰਘ ਜੀ ਨੇ ਇਸੇ ਕਰਕੇ ਉਹਨਾਂ ਨੇ ਇੱਕ ਯੁੱਗ ਪਲਟਾਊ ਰਹਿਬਰ ਦੇ ਨਾਮ ਨਾਲ ਅਸੀਂ ਯਾਦ ਕਰਦੇ ਹਾਂ ਅੱਜ ਦਿੱਲੀ ਨਿਵਾਸੀ ਸਾਧ ਸਿੰਘ ਉਹਨਾਂ ਦਾ 205ਵਾਂ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਔਰ ਚਾਅ ਦੇ ਨਾਲ ਮਨਾ ਰਹੀ ਹੈ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆਪਣੀ ਹਾਜ਼ਰੀ ਭਰ ਰਹੀਆਂ ਨੇ ਸਵੇਰ ਤੋਂ ਲੈ ਕੇ ਨਾਮਧਾਰੀ ਵਿਦਵਾਨਾਂ ਦੇ ਜਥੇਦਾਰਾਂ ਦੇ ਵਿਦਵਾਨਾਂ ਦੀ ਦੀਵਾਨ ਕਥਾ ਕੀਰਤਨ ਔਰ ਵਿਦਵਾਨਾਂ ਦੇ ਵਿਖਿਆਨ ਹੋ ਰਹੇ ਨੇ ਔਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਰਾ ਪ੍ਰੋਗਰਾਮ ਚੱਲ ਰਿਹਾ ਬਾਬਾ ਰਾਮ ਸਿੰਘ ਹੁਰਾ ਦਾ ਦਿਹਾੜਾ ਮਨਾਇਆ ਜਾ ਰਿਹਾ ਮੈਂ ਸਮਝਦਾ ਕਿ ਡਿਸਓਬੀਡੀਅੰਸ ਮੂਵਮੈਂਟ ਦੇ ਬਾਣੀ ਉਹ ਸਨ ਕੁੱਕਾ ਮੂਵਮੈਂਟ ਦੇ ਬਾਣੀ ਉਹ ਸਨ ਔਰ ਬਾਅਦ 'ਚ ਇਹੀ ਗੱਲਾਂ ਕਾਂਗਰਸ ਨੂੰ ਅਡੋਪਟ ਕਰਕੇ ਆਪਣਾ ਜਹਾਜ਼ ਛੇੜਨਾ ਪਿਆ ਹਿੰਦੁਸਤਾਨ ਦੇ ਵਿੱਚ ਬੜੀ ਵਾਰੀ ਬਗਾਵਤ ਹੋਈ ਸਭ ਤੋਂ ਵੱਡੀ ਬਗਾਵਤ 1857 'ਚ ਮਿਊਟਨੀ ਜਿਹਨੂੰ ਗਦਰ ਕਿਹਾ ਜਾਂਦਾ ਹੈ ਜਿਹਦੇ 'ਚ ਰਾਣੀ ਝਾਂਸੀ ਦੀ ਰਾਣੀ ਜਿਹਦੇ ਵਿੱਚ ਮੰਗਲ ਪਾਂਡੇ ਜਿਹਦੇ 'ਚ ਤਾਤੀਆ ਤੋਪੇ ਬੜੇ ਲੋਕ ਸ਼ਾਮਲ ਹੋਏ ਲੇਕਿਨ ਅੰਗਰੇਜ਼ਾਂ ਨੇ ਕੁਚਲਤੀ ਦੋ ਚੀਜ਼ਾਂ ਨਹੀਂ ਕੁਚਲ ਸਕੇ ਅੱਜ ਜਿਹੜਾ ਅਸੀਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਨ ਮਨਾ ਰਹੇ ਹਾਂ ਕਿ ਉੱਥੇ ਹਜ਼ਾਰਾਂ ਸਿੱਖ ਬੀਬੀਆਂ ਸ਼ਹੀਦ ਹੋਏ ਉਹਨਾਂ ਦੇ ਕਿਸ ਤਰੀਕੇ ਨਾਲ ਮਹੰਤ ਨਹਿਰੂ ਨੇ ਉਹਨਾਂ ਦਾ ਕਤਲ ਕੀਤਾ ਔਰ ਦੂਜਾ ਜਿਹੜਾ ਬਾਬਾ ਰਾਮ ਸਿੰਘ ਹੁਰਾ ਨੇ ਜਿਹੜਾ ਇਹ ਸ਼ੁਰੂ ਕੀਤਾ ਸੀਗਾ ਡਿਸਓਬੀਡੀਅੰਸ ਮੂਵਮੈਂਟ ਕੁੱਕਾ ਮੂਵਮੈਂਟ ਜ਼ਿਲ੍ਹਾ ਵਤਨ ਵੀ ਜਾਣਾ ਪਿਆ ਤੋਪਾ ਅੱਗੇ ਨਿਰੰਕਾਰੀ ਭਰਾ ਸਾਡੇ ਉਡਾ ਦਿੱਤੇ ਗਏ ਲੇਕਿਨ ਮੈਂ ਨਾਮਧਾਰੀ ਭਰਾ ਸਾਡੇ ਉਡਾ ਦਿੱਤੇ ਗਏ ਮੈਂ ਸਮਝਦਾ ਵਾਂ ਕਿ ਇਸ ਤੋਂ ਵੱਡੀ ਕੁਰਬਾਨੀ ਹੋ ਨਹੀਂ ਸਕਦੀ ਔਰ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣਾ ਬੜਾ ਜ਼ਰੂਰੀ ਹੈ ਅੱਜ ਦੇ ਦਿਨ ਦੀ ਵਧਾਈ ਦੇ
नामधारी संगत सेवादार हाँ। अज असी सतगुरु राम सिंह का 205वां प्रकाश पुरब इतने नामधारी गुरुद्वारा रमेश नगर विखे मना रहे हैं। इस दे नाल ही अज इंटरनेशनल मदर टंग डे है, क्योंकि असी पंजाबी हाँ ते पंजाबी साड़ी मां बोली है, तो उसनों भी असी समर्पित यह दोनों मेले इकट्ठे मना रहे हैं।